ਸਤਿ ਸ਼੍ਰੀ ਅਕਾਲ ਵੀਰ ਜੀ, ਟਰੈਕਟਰ ਮੇਲਾ ਯੂਟਿਊਬ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਦੇ ਉੱਤੇ। ਅਤੇ ਸਭ ਤੋਂ ਪਹਿਲਾਂ ਆਪਣਾ ਵਟਸਐਪ ਨੋਟ ਕਰ ਲਓ ਜੀ, 9877984446, ਜਿਹੜੇ ਨੰਬਰ ਤੁਸੀਂ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ, ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ। ਗੱਡੀਆਂ, ਜੀਪਾਂ, ਕਾਰਾਂ, ਪਲਾਟ ਦੀ, ਜ਼ਮੀਨਾਂ ਦੀ ਐਡ, ਅਸੀਂ ਪਸ਼ੂਆਂ ਦੀ ਐਡ, ਸਭ ਕਾ ਐਡ ਅਸੀਂ ਆਪਣੇ ਚੈਨਲ 'ਤੇ ਕਰਦੇ ਹਾਂ ਜੀ। ਅੱਜ ਆਪਣੇ ਕੋਲ ਬਹੁਤ ਸਾਰੇ ਵੀਰ ਜੀ ਸੰਦ, ਪਲਾਟ ਅਤੇ ਗੱਡੀਆਂ ਅਤੇ ਇੱਕ ਟਰੈਕਟਰਾਂ ਦੇ ਵੇਟ ਵਾਲੇ ਦੀ ਵੀਰ ਦੀ ਮਸ਼ਹੂਰੀ ਹੈ ਅਤੇ ਪਸ਼ੂਆਂ ਦੀ ਐਡ ਆਈ ਹੈ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਗੱਲ ਜੀ, 8 ਫੁੱਟਾ ਰੋਟਾਵੀਟਰ ਹੈ ਜੀ, ਕੰਡੀਸ਼ਨ ਬਿਲਕੁਲ ਨਵੀਂ ਹੈ ਜੀ, 7 ਮਹੀਨੇ ਹੋਏ ਨੇ ਜੀ ਇਹਨੂੰ ਆਏ ਹੋਏ ਨੂੰ ਰੋਟਾਵੀਟਰ ਨੂੰ। ਰੇਟ ਜਿਹੜਾ ਵੀਰ ਨੇ ਮੰਗਿਆ ਮਾਤਰ 90,000 ਰੁਪਏ ਦਾ ਪ੍ਰਾਈਜ਼ ਮੰਗਿਆ ਜੀ। ਕੰਡੀਸ਼ਨ ਤੁਸੀਂ ਦੇਖ ਰਹੇ ਹੋ ਜੀ ਫੋਟੋਆਂ ਦੇ ਵਿੱਚ, ਬਹੁਤ ਸੋਹਣੀ, ਸਾਫ਼ ਸੋਹਣੀ, ਸੁਥਰੀ ਕੰਡੀਸ਼ਨ ਦਾ ਇਹ ਜਿਹੜਾ ਰੋਟਾਵੀਟਰ ਹੈ ਜੀ। ਅਤੇ ਏਰੀਆ ਇਹਨਾਂ ਦਾ 18x20 ਬਾਰਡਰ ਪੈਂਦਾ ਇਹਨਾਂ ਨੂੰ ਅੰਮ੍ਰਿਤਸਰ, ਜਿਹੜਾ ਨੰਬਰ ਹੈ ਵੀਰ ਦਾ ਉਹ ਸਕਰੀਨ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ, 97815 97932, 97815 ਅਤੇ 97932, ਇਹ ਵੀ ਉਹਦਾ ਨੰਬਰ ਹੈ ਜੀ ਜਿਹਤੇ ਕਾਲ ਕਰਕੇ ਤੁਸੀਂ ਇਹ ਖਰੀਦਣਾ ਹੈ। ਜਿਹੜਾ ਵੀ ਤੁਸੀਂ ਸੰਦ ਦੇਖਦੇ ਹੁੰਦੇ ਹੋ, ਜੇਕਰ ਤੁਸੀਂ ਉਹ ਸੰਦ ਲੈਣ ਚਾਹਵਾਨ ਹੁੰਦੇ ਹੋ ਤਾਂ ਜਿਹੜਾ ਖੱਟੇ ਅੱਖਰਾਂ ਦੇ ਵਿੱਚ ਨੰਬਰ ਲਿਖਿਆ ਹੁੰਦਾ ਅਤੇ ਉਹ ਡਾਇਲ ਕਰਕੇ ਤੁਸੀਂ ਲੈ ਸਕਦੇ ਹੋ ਸੰਦ ਜੀ। ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ, ਕੱਲ੍ਹ ਅਸੀਂ 300 ਲਾਈਕ, ਤੁਹਾਨੂੰ ਕਿਹਾ ਸੀ ਵੀ 300 ਲਾਈਕ ਕਰ ਦਿਓ ਅਤੇ ਤੁਸੀਂ ਉਹ ਵੀਡੀਓ ਉੱਤੇ 400 ਲਾਈਕ ਤੋਂ ਵੀ ਵੱਧ ਕਰਤਾ ਸੀ, ਤਾਂ ਅੱਜ ਆਪਣਾ ਟਾਰਗੇਟ ਹੈਗਾ ਜੀ ਜਿਹੜਾ 400 ਅਤੇ 15 ਲਾਈਕ ਦਾ, ਅਤੇ ਤੁਸੀਂ ਵੀਡੀਓ ਉੱਤੇ 400 15 ਲਾਈਕ ਕਰ ਦਿਓ ਜੀ, ਜਿਹੜਾ ਵੀ ਵੀਰ ਦੇਖਦਾ ਹੈ ਜੀ ਵੀਡੀਓ, ਅਤੇ ਲਾਈਕ ਕਰਕੇ ਜ਼ਰੂਰ ਜਾਇਆ ਕਰੋ ਵੀਰ ਜੀ। ਹਰ ਇੱਕ ਬੰਦੇ ਦੀ ਇਹ ਤੁਹਾਡੇ ਫਰਜ਼ ਹੈ ਜੀ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਤਾਂ ਕਰਕੇ 400 15 ਦਾ ਆਪਣਾ ਜਿਹੜਾ ਟਾਰਗੇਟ ਕੰਪਲੀਟ ਕਰਵਾ ਦਿਓ। ਅਗਲਾ ਜਿਹੜਾ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਜੀ, ਪਲਟੀਨਾ ਮੋਟਰਸਾਈਕਲ ਹੈ ਜੀ ਇਹ, ਮਾਡਲ 2012, ਰੇਟ ਜਿਹਦਾ ਮੰਗਿਆ ਜੀ 20,000 ਰੁਪਇਆ, ਏਰੀਆ ਇਹਨਾਂ ਦਾ ਹੁਸ਼ਿਆਰਪੁਰ, ਅਤੇ ਕਾਗਜ਼ ਜਿਹੜੇ ਵੀਰ ਨੇ ਦੱਸੇ ਦੇ ਮੁਕਾਬਲਕ ਸਾਰੇ ਕਾਗਜ਼ ਨੇ ਵੀਰ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਮੋਟਰਸਾਈਕਲ ਦੇ ਵਿੱਚ। ਵੀਰ ਦਾ ਜਿਹੜਾ ਨੰਬਰ ਹੈ ਜੀ 94650 18575, 94650 18575, ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਾਲ ਕਰਕੇ ਜਿਹੜਾ ਇਹ ਮੋਟਰਸਾਈਕਲ ਹੈ ਇਹ ਖਰੀਦ ਸਕਦੇ ਹੋ ਜੀ, ਪਲਟੀਨਾ ਮੋਟਰਸਾਈਕਲ ਹੈ ਵੀਰ ਜੀ। ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਹੀ ਰਹੇ ਹੋ, ਪੰਜਾਬ ਨੰਬਰ ਹੈ। ਰੇਟ ਜਿਹੜਾ ਵੀਰ ਨੇ ਦਾ ਮੰਗਿਆ ਹੋਇਆ ਜੀ ਇਹ 20,000 ਰੁਪਏ ਦਾ ਰੇਟ ਮੰਗਿਆ ਹੋਇਆ। ਏਰੀਆ ਵੀਰ ਇਹ ਹੁਸ਼ਿਆਰਪੁਰ ਇਹਨਾਂ ਦਾ ਏਰੀਆ, ਮੋਬਾਈਲ ਨੰਬਰ ਸਕਰੀਨ 'ਤੇ ਹੈ ਜੀ, ਜਿਹੜਾ ਤੁਸੀਂ ਨੋਟ ਕਰਕੇ ਅਤੇ ਵੀਰ ਨਾਲ ਬਾਈ ਗੱਲ ਕਰ ਸਕਦੇ ਹੋ ਅਤੇ ਜਿਹੜਾ ਮੋਟਰਸਾਈਕਲ ਹੈ ਖਰੀਦ ਸਕਦੇ ਹੋ। ਅੱਗੇ ਤੁਹਾਨੂੰ ਜਿੱਦਾਂ ਅਸੀਂ ਦੱਸਿਆ ਸੀਗਾ ਵੀ 2 ਜਿਹੜੀਆਂ ਗਾਵਾਂ ਆਈਆਂ ਨੇ ਆਪਣੇ ਕੋਲ, ਗਾਵਾਂ ਦੀ ਐਡ ਆਈ ਹੈ ਜੀ, ਵੀਡੀਓ ਬਣਾ ਕੇ ਭੇਜੀ ਹੈ ਵੀਰ ਨੇ, ਵੀਡੀਓ ਤੁਸੀਂ ਦੇਖ ਰਹੇ ਹੋ ਜੀ। ਅਤੇ ਇਹਨਾਂ ਵਿੱਚੋਂ ਬਾਈ ਜੀ ਇੱਕ ਦਾ ਰੇਟ ਹੈਗਾ ਜੀ 20,000 ਰੁਪਏ, ਅਤੇ ਇਹਨਾਂ ਦਾ ਬਾਈ ਦੁੱਧ ਦੀ ਗੱਲ ਕਰੀਏ ਤਾਂ ਇੱਕ ਦਾ 8 ਲੀਟਰ ਦੁੱਧ ਹੈ ਇੱਕ ਥੱਲੇ, ਅਤੇ ਇੱਕ ਹੈਗੀ ਜੀ 7 ਮਹੀਨਿਆਂ ਦੀ ਗੱਭ, ਦੋਨਾਂ ਦਾ ਰੇਟ 40,000 ਰੁਪਏ, ਅਤੇ 20,000 ਦੀਆਂ ਵੀਰੇ ਗਾਵਾਂ ਦੇਣੀਆਂ ਨੇ। ਅਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜਿਨ੍ਹਾਂ ਦੇ ਇਹ ਗਾਵਾਂ ਖੜੀਆਂ ਨੇ ਘਰ, ਉਹਨਾਂ ਦਾ ਨੰਬਰ ਹੈਗਾ ਜੀ 7342 50 352 7342 50 352, ਇਹਨਾਂ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਇਹ ਜਿਹੜੀਆਂ ਗਾਵਾਂ ਤੁਸੀਂ ਖਰੀਦ ਸਕਦੇ ਹੋ ਜੀ। ਇਹ 2 ਗਾਵਾਂ ਨੇ ਜੀ 20-20 ਹਜ਼ਾਰ ਰੁਪਏ ਦੀਆਂ, ਅਤੇ ਗੋਲੀਆ ਇਹਨਾਂ ਦਾ ਪਿੰਡ ਹੈ ਵੀਰ ਜਿੱਥੇ ਇਹ ਖੜੀਆਂ ਨੇ, ਤੁਸੀਂ ਖਰੀਦ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਟਰੈਕਟਰ, ਅਤੇ ਕੱਲ੍ਹ ਸਾਨੂੰ ਵੀਰ ਨੇ ਕਮੈਂਟ ਵੀ ਕੀਤਾ ਸੀ ਵੀਰ ਟਰੈਟ ਨਹੀਂ ਹੁੰਦਾ ਇਹ ਟਰੈਕਟਰ ਹੁੰਦੇ ਆ, ਇਹ ਵੀਰ ਪਤਾ ਵੀਰ ਜੱਟਾਂ ਦੇ ਤਾਂ ਬਹੁਤ ਕੁਛ ਹੁੰਦਾ, ਜੱਟਾਂ ਦੇ ਤਾਂ ਇਹ ਪੁੱਤ ਵੀ ਹੁੰਦੇ ਨੇ, ਜਹਾਜ਼ ਵੀ ਹੁੰਦੇ ਨੇ ਅਤੇ ਟਰੈਟ ਵੀ ਹੁੰਦੇ ਨੇ, ਟਰੈਕਟਰ ਹੀ ਹੁੰਦੇ ਨੇ, ਅਤੇ ਆਪਾਂ ਕੁਛ ਹੀ ਕਹਿ ਲਈਏ ਵੀਰ ਜਿਹੜਾ ਮਤਲਬ ਕਿ ਸਾਡੇ ਇੱਧਰ ਬੋਲੀ ਇੱਦਾਂ ਦੀ ਹੈ ਤਾਂ ਅਸੀਂ ਟਰੈਟ ਵੀ ਇਹਨਾਂ ਨੂੰ ਕਹਿ ਦਿੰਦੇ ਹਾਂ। ਅਗਲਾ ਜਿਹੜਾ ਟਰੈਟ ਵੀਰ ਤੁਸੀਂ ਦੇਖ ਰਹੇ ਹੋ ਇਹ ਜੋਨ ਡੀਅਰ ਟਰੈਟ ਹੈ ਜੀ, 5310 ਮਾਡਲ 2011,
ਵੀਰ ਨੇ ਰੇਟ ਮੰਗਿਆ ਜੀ 4 ਲੱਖ ਤੇ 95 ਹਜ਼ਾਰ ਰੁਪਇਆ, ਗੁਰਦਾਸਪੁਰ ਏਰੀਆ, 60 ਪੈਸੇ ਟਾਇਰ ਪਏ ਨੇ। ਵੀਡੀਓ ਬਣਾ ਕੇ ਭੇਜੀ ਵੀਰ ਨੇ, ਸਾਰਾ ਟ੍ਰੈਡ ਦਿਖਾਇਆ ਜੀ, ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ, ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਜੀ, 60 ਪੈਸੇ ਟਾਇਰ ਪਏ ਨੇ ਤੇ ਕੋਈ ਕੱਟ ਵੱਢ ਨਹੀਂ ਬਾਈ ਟਾਇਰ ਦੇ ਵਿੱਚ, ਵਧੀਆ ਟਾਇਰ, ਕੋਈ ਰਬੜ ਨਹੀਂ ਜਿਹੜੀ ਹੋਈ, ਬਿਲਕੁਲ ਵਧੀਆ ਜੈਨੂਨ ਟਾਇਰ ਨੇ, ਇੰਜਨ ਗੇਅਰ ਪੰਪ ਸਭ ਕੁਝ ਓਕੇ ਵੀਰ। ਜੌਂਡੀਆ ਟਰੈਟ ਹੈ 5310, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਬਿਲਕੁਲ ਸਾਫ਼ ਸੋਹਣੀ ਸੁਥਰੀ ਕੰਡੀਸ਼ਨ ਦਾ ਟਰੈਟ ਹੈ, 2011 ਮਾਡਲ ਹੈ ਜੀ, ਕੰਡੀਸ਼ਨ ਬਹੁਤ ਵਧੀਆ ਪਈ ਹੈ, ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਜੀ। ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ, 94651 ਤੇ 81809, 94651 81809 ਵੀਰ ਦਾ ਇਹ ਨੰਬਰ ਹੈ ਜਿਹਤੇ ਤੁਸੀਂ ਕਾਲ ਕਰਕੇ ਅਤੇ ਜਿਹੜਾ ਜੌਂਡੀਅਰ ਟਰੈਟ ਹੈ ਵੀਰ ਇਹ ਖਰੀਦ ਸਕਦੇ ਹੋ। ਕੰਡੀਸ਼ਨ ਤੁਹਾਡੇ ਸਾਹਮਣੇ ਹੈ, ਬਿਲਕੁਲ ਸਾਫ਼ ਸੋਹਣੀ ਸੁਥਰੀ ਕੰਡੀਸ਼ਨ ਦਾ ਟਰੈਟ ਹੈ, ਅਸੈਸਰੀ ਵੀਰ ਨਾਲ ਹੈ, ਹੁੱਡ ਛਤਰੀ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਏ ਨੇ ਟਰੈਟ ਦੇ ਉੱਤੇ। ਬਾਕੀ ਵੀਰ ਦਾ ਨੰਬਰ ਹੈ ਜੀ, ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਵੀ ਲੈ ਸਕਦੇ ਹੋ ਅਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਵੀਰ, ਅਤੇ ਜਿੰਨੇ ਵੀ ਆਪਣੇ ਰੇਟ ਵਗੈਰਾ ਤੈਅ ਕਰਦੇ ਆ ਕਿਸਾਨ ਵੀਰ ਹੀ ਤੈਅ ਕਰਦੇ ਨੇ, ਅਤੇ ਮੌਕੇ ਦੇ ਉੱਤੇ ਇਹ ਘੱਟ ਵੱਧ ਹੋ ਜਾਂਦੇ ਨੇ, ਤੁਸੀਂ ਫੋਨ ਕਰਕੇ ਇੱਕ ਵਾਰੀ ਫਾਈਨਲ ਰੇਟ ਜ਼ਰੂਰ ਪੁੱਛ ਲਿਆ ਕਰੋ। ਅੱਗੇ ਵੀਰ ਨੇ ਮੇਰੇ ਨੇ ਇੱਕ ਨੇ ਕੰਪਿਊਟਰ ਭੇਜਿਆ ਜੀ ਸੇਲ ਲਈ, ਜਿਹਦੇ ਵਿੱਚ ਤੁਹਾਨੂੰ ਮੈਂ ਅਸੈਸਰੀਆਂ ਦੱਸ ਦਿੰਦਾ ਕੀ ਕੀ ਹੈ ਜੀ। ਇਹ 'ਚ LED LG ਦੀ LG LED ਹੈ ਵੀਰ, 19 ਇੰਚ ਦੀ, 2 GB ਰੈਮ ਹੈ ਜੀ ਕੰਪਿਊਟਰ ਦੇ ਵਿੱਚ, ਹਾਰਡ ਡਿਸਕ ਹੈਗੀ ਜੀ 160 GB ਹਾਰਡ ਡਿਸਕ ਹੈ। ਰੇਟ ਵੀਰ ਨੇ ਮੰਗਿਆ ਜੀ ਤਾਂ 8000, ਜਿਹੜੇ ਟੇਬਲ 'ਤੇ ਤੁਸੀਂ ਇਸ ਟਾਈਮ ਕੰਪਿਊਟਰ ਪਿਆ ਦੇਖ ਰਹੇ ਹੋ, ਅਤੇ ਇਹ ਵੀਰ ਨੇ ਨਾਲ ਦੇਣਾ ਜੀ ਇਹ ਟੇਬਲ। ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ, ਜੇਕਰ ਕੋਈ ਵੀ ਬਾਈ ਇਹ ਲੈਣਾ ਚਾਹੁੰਦਾ ਜੀ ਕੰਪਿਊਟਰ ਨਾਲ ਟੇਬਲ, ਕੀਬੋਰਡ, ਮਾਊਸ, ਜਿੰਨੇ ਵੀ ਅਸੈਸਰੀ ਹੁੰਦੀ ਜੀ ਕੰਪਿਊਟਰ ਦੀ, ਚੱਲਦਾ ਕੰਪਿਊਟਰ ਬਿਲਕੁਲ, ਅਤੇ ਤੁਸੀਂ ਲੈ ਸਕਦੇ ਹੋ ਜੀ। ਨੰਬਰ ਇਹਨਾਂ ਦਾ 98553 ਅਤੇ 63380, 98553 63380 ਵੀਰ ਦਾ ਨੰਬਰ ਹੈ ਜਿਹਤੇ ਕਾਲ ਕਰ ਸਕਦੇ ਹੋ, ਅਤੇ ਵਧੀਆ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਇਹ ਕੰਪਿਊਟਰ ਹੈ, LED ਟੇਬਲ ਵਗੈਰਾ ਸਭ ਕੁਝ ਵੀਰ ਨੇ ਨਾਲ ਹੀ ਦੇਣਾ ਜੀ, ਅਤੇ ਕੰਡੀਸ਼ਨ ਤੁਸੀਂ ਦੇਖ ਹੀ ਲਈ ਸੀ ਬਾਈ ਕੰਪਿਊਟਰ ਦੀ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਪਿਆ ਸੀਗਾ। ਅੱਗੇ ਜਿਹੜੀ ਆਪਣੇ ਕੋਲ ਇੱਕ ਆਈ ਹੈ ਬਾਈ ਸਕੂਟੀ, ਦੇਖ ਲਿਓ ਤੁਸੀਂ ਸਕੂਟੀ ਵਿਕਣੀ ਆਈ ਹੈ ਵੀਰ ਇਹ ਸਕੂਟੀ, ਇਹ ਜੀ ਮਾਡਲ ਹੈਗਾ ਜੀ ਇਹਦਾ 2011 ਮਾਡਲ ਹੈ, ਕੰਡੀਸ਼ਨ ਤੁਸੀਂ ਦੇਖਦੇ ਹੋ ਕੰਡੀਸ਼ਨ ਬਹੁਤ ਸਾਫ਼ ਪਈ ਹੈ, 2011 ਮਾਡਲ ਹੈ ਕੰਡੀਸ਼ਨ, ਫਿਰ ਵੀ ਬਹੁਤ ਇਹਦੀ ਸੋਹਣੀ ਸਾਫ਼ ਸੁਥਰੀ ਪਈ ਹੈ ਜੀ, ਅਤੇ 23000 ਰੁਪਏ ਦੀ ਡਿਮਾਂਡ ਹੈ ਵੀਰ ਦੀ, ਪੰਜਾਬ ਨੰਬਰ ਹੈ PB10 ਅਤੇ 23000 ਰੁਪਏ ਡਿਮਾਂਡ ਹੈ, ਬਾਕੀ ਮੌਕੇ ਦੇ ਉੱਤੇ ਤੁਸੀਂ ਨੰਬਰ ਦਿੱਤਾ ਹੋਇਆ ਜੀ ਕਰ ਸਕਦੇ ਹੋ, ਅਤੇ ਏਰੀਆ ਰਾਏਕੋਟ ਏਰੀਆ ਇਹਨਾਂ ਦਾ ਜੀ, 26000 ਕਿਲੋਮੀਟਰ ਚੱਲੀ ਹੈ, ਮੇਰੇ ਦੱਸਣ ਦੇ ਮੁਤਾਬਕ 26000 ਕਿਲੋਮੀਟਰ ਚੱਲੀ ਹੋਈ ਜੀ ਰਾਏਕੋਟ ਇਹਨਾਂ ਦਾ ਏਰੀਆ। ਵੀਰ ਦਾ ਜਿਹੜਾ ਨੰਬਰ ਹੈ ਜੀ 98721 39398, 98721 ਅਤੇ 39398 ਵੀਰ ਦਾ ਨੰਬਰ ਹੈ ਜੀ, ਜਿਹਦੇ ਉੱਤੇ ਕਾਲ ਕਰਕੇ ਤੁਸੀਂ ਇਹ ਸਕੂਟੀ ਜਿਹੜੀ ਖਰੀਦ ਸਕਦੇ ਹੋ ਜੀ। ਜੇਕਰ ਤੁਸੀਂ ਵੀ ਸਾਡੇ ਚੈਨਲ 'ਤੇ ਕਿਸੇ ਚੀਜ਼ ਦੀ ਐਡ ਕਰਵਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਦੇ ਵਿੱਚ, ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ 2 ਮਿੰਟਾਂ ਦੀ, ਸਾਡਾ ਵਟਸਐਪ ਨੰਬਰ ਵਾਰ ਵਾਰ ਸਕਰੀਨ ਦੇ ਥੱਲੇ ਸ਼ੋ ਹੋ ਰਿਹਾ ਚਿੱਟੇ ਅੱਖਰਾਂ ਦੇ ਵਿੱਚ, ਉਹ 'ਤੇ ਭੇਜ ਸਕਦੇ ਹੋ, ਉਸ ਤੋਂ ਬਾਅਦ ਤੁਹਾਡੀ ਜਿਹੜੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਕਰ ਦਿਆਂਗੇ ਜੀ। ਜੇਕਰ ਕੋਈ ਕੋਈ ਦੁਕਾਨ ਦੀ ਮਸ਼ੀਨਰੀ ਮਸ਼ਹੂਰੀ ਲਵਾਉਣਾ ਚਾਹੁੰਦਾ ਜੀ ਦੁਕਾਨ ਦੀ ਜਾਂ ਕਿਸੇ ਹੋਰ ਆਪਣੇ ਕਿੱਤੇ ਦੀ, ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੀ, ਉਹਦੇ ਲਈ ਸਾਡੇ ਵਟਸਐਪ 'ਤੇ ਤੁਸੀਂ ਸਾਡੇ ਨਾਲ ਗੱਲ ਕਰ ਲਿਓ ਜੀ। ਅਗਲਾ ਟਰੈਕਟਰ ਦੇਖ ਰਹੇ ਹੋ ਜੀ, ਇਹ ਹੈਗਾ ਜੀ ਫਾਰਮ ਟਰੈਕ 60, ਮਾਡਲ ਹੈਗਾ ਜੀ 1997 ਮਾਡਲ ਹੈ ਜੀ, ਰੇਟ ਜਿਹੜਾ ਮੰਗਿਆ ਵੀਰ ਨੇ 1,95,000 ਇਹਦਾ ਰੇਟ ਮੰਗਿਆ ਜੀ, ਹੁੱਡ ਲੱਗਿਆ ਹੋਇਆ ਜੀ, ਮਿਊਜ਼ਿਕ ਸਿਸਟਮ ਲੱਗਿਆ ਹੋਇਆ, ਪੰਜਾਬ ਨੰਬਰ ਟਰੈਟ ਹੈ, ਨੰਬਰ 2 ਨੰਬਰ ਦਿੱਤੇ ਹੋਏ ਨੇ ਕਿਸਾਨ ਵੀਰ ਨੇ,
ਦੋਨੇ ਚਾਲੂ ਨੰਬਰ ਹੈ ਤਾਂ ਉਹਨਾਂ ਦੇ ਉੱਤੇ ਲਾ ਕੇ ਤੁਸੀਂ ਇਹ ਟਰੈਟ ਪੁੱਛ ਸਕਦੇ ਹੋ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਿਲਕੁਲ ਸਾਫ਼ ਕੰਡੀਸ਼ਨ 'ਤੇ ਜੀ, ਕਿਤੇ ਭੋਰਾ ਵੀ ਜਰਨੀ ਜੇ ਅਤੇ ਮਗਰਾਟ ਵਗੈਰਾ ਬਿਲਕੁਲ ਸਾਫ਼ ਓਕੇ ਸੋਹਣੀ ਕੰਡੀਸ਼ਨ ਦੇ ਪਏ ਨੇ ਜੀ, ਅਤੇ ਬੰਪਰ ਲੱਗਿਆ ਹੋਇਆ ਜੀ, ਹੁੱਡ ਛਤਰੀ ਲੱਗੇ ਹੈ, ਮਿਊਜ਼ਿਕ ਸਿਸਟਮ ਹੈਗਾ ਹੈ, ਬਿਲਕੁਲ ਕਿਤੇ ਲੀਕਾ ਸ਼ੀਕਾ ਨਹੀਂ ਜੀ, ਬਿਲਕੁਲ ਸਾਫ਼ ਸੋਹਣੀ ਕੰਡੀਸ਼ਨ ਦਾ ਟਰੈਟ ਪਿਆ ਹੈ, ਬਿਲਕੁਲ ਓਕੇ ਕੰਡੀਸ਼ਨ ਹੈ ਜੀ, ਅਤੇ ਤੁਸੀਂ ਖਰੀਦ ਸਕਦੇ ਹੋ ਜੀ। ਨੰਬਰ ਵੀਰ ਨੇ ਦੋ ਪਾਏ ਹੋਏ ਸੀਗੇ। ਅਗਲੇ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਜੀ, ਇਹ ਹੈਗਾ ਜੀ ਮਹਿੰਦਰਾ 575 ਟਰੈਕਟਰ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਫੋਟੋਆਂ ਦੇਖ ਹੀ ਰਹੇ ਹੋ, ਬਾਕੀ ਵੀਰ ਦਾ ਨੰਬਰ ਹੁੰਦਾ, ਜਿਹੜੇ ਵੀ ਸੰਦ ਤੁਸੀਂ ਦੇਖਦੇ ਹੋ ਹਰ ਇੱਕ ਵੀਰਾਂ ਦੇ ਨੰਬਰ ਹੁੰਦੇ ਜੀ, ਉਹਨਾਂ ਦੇ ਉੱਤੋਂ ਹੋਰ ਫੋਟੋਆਂ ਵੀ ਤੁਸੀਂ ਮੰਗਵਾ ਸਕਦੇ ਹੋ ਜੀ, ਅਤੇ ਰੇਟ ਵੀ ਜਿਹੜਾ ਹੁੰਦਾ ਜੀ ਉਹ ਵੀ ਘੱਟ ਵੱਧ ਹੋ ਜਾਂਦਾ ਮੌਕੇ ਦੇ ਉੱਤੇ, ਇੱਕ ਵਾਰੀ ਵੀਡੀਓ 'ਚ ਦੇਖ ਕੇ ਤੁਸੀਂ ਅੰਦਾਜ਼ਾ ਨਾ ਲਾਇਆ ਕਰੋ ਕਿ ਇੰਨੇ ਦਾ ਹੀ ਹੈ ਰੇਟ, ਘਰੇ ਖੜੇ ਹੋਏ ਟਰੈਟ ਹੁੰਦੇ ਨੇ ਇਹ, ਕਿਸਾਨ ਵੀਰਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਟਰੈਟ ਕਿੰਨੇ ਕੁ ਦਾ, ਤਾਂ ਕਰਕੇ ਇੱਕ ਵਾਰੀ ਉਹ ਥੋੜ੍ਹਾ ਜ਼ਿਆਦਾ ਰੇਟ ਪਵਾਉਂਦੇ ਨੇ, ਬਟ ਤੁਸੀਂ ਜਦੋਂ ਸੌਦਾ ਹੁੰਦਾ ਤਾਂ ਇਹ ਬਹੁਤ ਜ਼ਿਆਦਾ ਘੱਟ ਜਾਂਦਾ ਰੇਟ। 94 ਮਾਡਲ ਹੈ ਜੀ, 1,60,000 ਰੁਪਇਆ ਡਿਮਾਂਡ ਹੈ, ਅੱਧੇ ਟਾਇਰ ਨੇ ਇਹਦੇ, ਪੰਜਾਬ ਨੰਬਰ ਹੈ, ਏਰੀਆ ਬਰਨਾਲਾ ਜੀ ਇਹਨਾਂ ਦਾ, ਨੰਬਰ ਵੀਰ ਦਾ ਜਿਹੜਾ ਤੁਸੀਂ ਸਕਰੀਨ ਦੇ ਥੱਲੇ ਸ਼ੋ ਹੀ ਹੋ ਰਿਹਾ, ਅਤੇ ਤੁਹਾਨੂੰ ਮੈਂ ਦੱਸ ਦਿਆਂ ਜੀ 98785 27306, 98785 27306 ਵੀਰ ਦਾ ਨੰਬਰ ਹੈ ਜੀ, ਜਿਹਤੇ ਤੁਸੀਂ ਕਾਲ ਕਰਕੇ ਅਤੇ ਜਿਹੜਾ ਮਹਿੰਦਰਾ ਇਹ ਟਰੈਟ ਹੈ ਖਰੀਦ ਸਕਦੇ ਹੋ। 94 ਮਾਡਲ ਹੈ ਜੀ, ਅੱਧੇ ਟਾਇਰ ਪਏ ਨੇ, ਪੰਜਾਬ ਨੰਬਰ, ਏਰੀਆ ਬਰਨਾਲਾ, 1,60,000 ਰੁਪਏ ਦੀ ਡਿਮਾਂਡ ਹੈ, ਓਕੇ ਕੰਡੀਸ਼ਨ ਦਾ ਟਰੈਟ ਹੈ ਵੀਰ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਨਹੀਂ ਟਰੈਟ ਦੇ ਵਿੱਚ। ਅਗਲਾ ਜਿਹੜਾ ਸਾਨੂੰ ਤੁਸੀਂ ਦੇਖ ਰਹੇ ਹੋ ਵੀਰ ਜੀ, ਇਹ ਹੈਗੀ ਹੈ ਮਹਿੰਦਰਾ ਦੀ ਜੀਪ, ਮੇਜਰ ਜੀਪ ਹੈ ਜੀ ਮਹਿੰਦਰਾ ਦੀ, ਮਾਡਲ ਹੈਗਾ ਜੀ ਇਹਦਾ 87 87 ਮਾਡਲ ਜੀਪ, ਮੇਜਰ ਜੀਪ, ਕਾਫੀ ਵੀਰਾਂ ਦੀ ਡਿਮਾਂਡ ਸੀ ਜੀਪ ਦੇ ਬਾਰੇ, ਤਾਂ ਉਹਨਾਂ ਲਈ ਲੈ ਕੇ ਵੀਡੀਓ ਹਾਜ਼ਰ ਹਾਂ ਜੀ। ਰੇਟ ਇਹਦਾ ਜੀ 80,000 ਰੁਪਇਆ ਰੇਟ ਹੈ, ਟਾਇਰ ਦਾ ਵੀਰ ਦੇ ਦੱਸਣ ਦੇ ਮੁਤਾਬਕ ਭਾਈ ਨਵੇਂ ਟਾਇਰ ਨੇ, ਅਤੇ ਏਰੀਆ ਇਹਨਾਂ ਦਾ ਪਟਿਆਲਾ, ਪਟਿਆਲੇ ਏਰੀਆ ਦੀ ਗੱਡੀ ਹੈ ਵੀਰ ਇਹ, ਨੰਬਰ ਵੀਰ ਦਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, ਤੁਹਾਨੂੰ ਮੈਂ ਦੱਸ ਦਿਆਂ 98,596,970, 98,596,970 ਵੀਰ ਦਾ ਨੰਬਰ ਹੈ ਜੀ, ਮੇਜਰ ਮਹਿੰਦਰਾ ਵਾਲਿਆਂ ਦੀ ਇਹ ਗੱਡੀ ਹੈ, ਮਾਡਲ ਹੈਗਾ ਜੀ 1987, 80,000 ਰੁਪਏ ਵੀਰ ਨੇ ਇਹਦੇ ਰੇਟ ਮੰਗਿਆ, ਬਿਲਕੁਲ ਸਾਫ਼ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਜੀ, ਅਤੇ ਤੁਸੀਂ ਖਰੀਦ ਸਕਦੇ ਹੋ ਜੀ। ਅੱਗੇ ਵੀਰ ਤੁਸੀਂ ਵੀਡੀਓ ਦੇਖ ਰਹੇ ਹੋ, ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ, 3 ਕਿੱਲੇ ਜ਼ਮੀਨ ਵਿਕਾਊ ਹੈ ਜੀ, ਏਰੀਆ ਇਹਨਾਂ ਦਾ ਮੁਕੇਰੀਆਂ, ਰੇਟ 50 ਲੱਖ ਕਿੱਲੇ ਦਾ ਜੀ, 1 ਕਿੱਲੇ ਦਾ 50 ਲੱਖ ਰੇਟ ਹੈ ਜੀ ਇਹ, ਜ਼ਮੀਨ ਚਾਰੇ ਪਾਸੇ ਵੀਰ ਸੜਕ 'ਤੇ ਹੈ, ਅਤੇ ਵੀਰ ਨੇ ਦੱਸਣ ਦੇ ਮੁਤਾਬਕ ਬਾਈ ਇਹ ਲਿੰਕ ਜਿਹੜੇ ਰੋਡ 'ਤੇ ਇਹ ਜ਼ਮੀਨ ਹੈ, ਅਤੇ ਇਸ ਕਰਕੇ ਦਾ ਰੇਟ 50 ਲੱਖ ਰੁਪਏ ਕਿੱਲੇ ਦਾ ਜੀ, ਅਤੇ ਪਲਾਟ ਬਣਾਉਣ ਦੇ ਲਈ ਜ਼ਮੀਨ ਜਿਹੜੀ ਸੇਲ ਹੋ ਰਹੀ ਹੈ ਜੀ, ਅਤੇ ਇੱਥੇ ਪਲਾਟ ਬਣਾ ਸਕਦੇ ਹੋ ਤੁਸੀਂ ਬਿਲਕੁਲ ਰੋਡ 'ਤੇ ਹੈ, ਅਤੇ ਉਸ ਹਿਸਾਬ ਨਾਲ ਹੀ ਵੀ ਰੋਡ 'ਤੇ ਲੱਗਣ ਕਰਕੇ ਇਹਦਾ ਰੇਟ 50 ਲੱਖ ਰੁਪਏ ਕਿੱਲੇ ਦਾ ਜੀ, ਅਤੇ 3 ਕਿੱਲੇ ਜ਼ਮੀਨ ਹੈ ਜਿਹੜੀ ਇਹ ਵਿਕਾਊ ਹੈ ਜੀ। ਵੀਰ ਦਾ ਨੰਬਰ ਸਕਰੀਨ 'ਤੇ ਸੀ, ਅਤੇ ਤੁਸੀਂ ਜਿਹੜੀ ਇਹ ਖਰੀਦ ਸਕਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ। ਅਤੇ ਅੱਗੇ ਜਿਹੜੀ ਤੁਸੀਂ ਐਡ ਦੇਖ ਰਹੇ ਹੋ ਵੀਰ, ਇਹ ਜਲੰਧਰ ਤੋਂ ਵੀਰਾਂ ਨੇ ਐਡ ਭੇਜੀ ਹੈ ਜੀ, ਸੀਆਰ ਇੰਜੀਨੀਅਰ ਵਰਕਸ ਅਤੇ ਸਿਟੀ ਜਲੰਧਰ, ਇਹਨਾਂ ਕੋਲ ਵੀਰ ਹਰ ਇੱਕ ਟਰੈਟ ਦੇ ਹਰ ਇੱਕ ਤਰ੍ਹਾਂ ਦੇ ਬੇਟ ਜਿਹੜੇ ਹੋਲਸੇਲ ਰੇਟ ਦੇ ਵਿੱਚ ਮਿਲਦੇ ਆ ਜੀ, ਤੁਸੀਂ ਜਮਾਂ ਬਿਲਕੁਲ ਫੈਕਟਰੀ ਦੀਆਂ ਫੋਟੋਆਂ ਦੇਖ ਰਹੇ ਹੋ ਵੀ ਜਿੱਥੇ ਅੱਡੋ ਅੱਡ ਦੁਕਾਨਾਂ ਵਾਲੇ ਲਿਆ ਕੇ ਬੇਟ ਜਿਹੜੇ ਸੇਲ ਕਰਦੇ ਨੇ, ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਤੁਸੀਂ, ਅਤੇ ਮੈਨੂਫੈਕਚਰ ਕਰਦੇ ਇਹਨਾਂ ਦੀ ਆਪਦੀ ਫੈਕਟਰੀ ਹੈ, ਅਤੇ ਇੱਥੋਂ ਤੁਸੀਂ ਕੋਈ ਦੁਕਾਨਦਾਰ ਬਾਈ ਹੋਲਸੇਲ 'ਤੇ ਲੈ ਸਕਦਾ,
ਕੋਈ ਆਪਣੇ ਇੱਕ ਟਰੈਡ ਖਾਤਰ ਵੀ ਮੰਗਾ ਸਕਦਾ ਹੈ, ਅਤੇ ਜਿੰਨਾ ਵੀ ਤੁਹਾਨੂੰ ਸਟੋਕ ਚਾਹੀਦਾ ਇਹਨਾਂ ਕੋਲੋਂ ਮੰਗਾ ਸਕਦੇ ਹੋ। ਬਲਵੀਰ ਕੁਮਾਰ ਅਤੇ ਮੋਹਿਤ ਕੁਮਾਰ ਇੱਥੋਂ ਸਾਹਮਣੇ ਨੇ, ਇਹਨਾਂ ਦਾ ਨੰਬਰ ਤੁਸੀਂ ਸਕਰੀਨ ਦੇ ਉੱਪਰ ਵੇਖ ਹੀ ਰਹੇ ਹੋ, ਅਤੇ ਬੇਟਾਂ ਦੀਆਂ ਫੋਟੋਆਂ ਦੇਖ ਲਓ ਵੀਰ ਤੁਸੀਂ, ਅਲੱਗ ਅਲੱਗ ਤਰ੍ਹਾਂ ਦੇ ਬੇਟ ਟਰੈਕਟਰਾਂ ਦੇ ਉੱਪਰ ਲੱਗੇ ਹੋਏ, ਅਤੇ ਹੋਰ ਤਰ੍ਹਾਂ ਦੇ ਹੋਲਸੇਲ ਬੇਟਾਂ ਦਾ ਕੰਮ ਹੈ ਵੀਰ ਇਹਨਾਂ ਦਾ। ਜੇਕਰ ਤੁਸੀਂ ਕਿਸ ਤਰ੍ਹਾਂ ਦੀ ਵੀ ਬੇਟ, ਤੁਸੀਂ ਹਰ ਇੱਕ ਪ੍ਰਕਾਰ ਦੇ ਇਹਨਾਂ ਕੋਲੋਂ ਬੇਟ ਮਿਲ ਜਾਣਗੇ, ਟਾਇਰਾਂ ਦੇ ਬੇਟ, ਅਗਲੇ ਬੰਪਰ ਵਾਲੇ ਬੇਟ, ਜਿਹੜੇ ਵੀ ਬੇਟ ਤੁਸੀਂ ਲੈਣੇ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਜੀ, ਹਰ ਤਰ੍ਹਾਂ ਦੇ ਬੇਟ ਹੈ। ਨੰਬਰ ਵੀਰਾਂ ਦੀ ਸਕਰੀਨ 'ਤੇ ਜੀ, ਅਤੇ ਸੰਪਰਕ ਕਰਕੇ ਤੁਸੀਂ ਆਪਦੇ ਕੋਈ ਦੁਕਾਨ ਖਾਤਰ ਚਾਹੀਦੇ ਬੇਟ ਜਾਂ ਕਿਸੇ ਨੇ ਟਰੈਡ ਖਾਤਰ ਚਾਹੀਦੇ ਹੈ ਤਾਂ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਜੀ। ਲਓ ਜੀ, ਇੱਕ ਗਾਂ ਤੀਜੇ ਸੂਏ ਸੋਨੇ ਨੇ, ਅਜੇ ਇਹਦੇ ਰਹਿੰਦੇ ਨੇ 10 ਦਿਨ, 10 ਦਿਨ ਰਹਿੰਦੇ ਨੇ ਇਹਦੇ, ਤੀਜੇ ਸੂਏ ਸੋਨੇ 10 ਦਿਨ ਦੇਖ ਲਓ ਜੀ। ਇੱਕ ਦੂਜੀ ਆਹ 20 ਕੁ ਦਿਨ ਰਹਿੰਦੇ ਨੇ, ਇਹ ਦੂਜੇ ਸੂਏ ਆ, ਇਹ ਸਾਡੀ ਘਰ ਦੀ ਵੱਛੀ ਪਾਲੀ ਹੋਈ ਆ ਥਣ, ਦੇਖੋ ਜ਼ਿਆਦਾ ਚਿੰਬੜਦੀਆਂ ਨੇ ਤਾਂ ਦੂਰ ਹੋਣਾ ਪੈਂਦਾ, ਹਾਂ ਘਰ ਦੀ ਪਾਲੀ ਹੋਈਆਂ ਨੇ ਵੀ ਇਹੋ ਜਿਹੀ ਗੱਲ ਨਹੀਂ। ਭਲੂਣ ਦਾ ਸੀ ਅਸੀਂ, ਭਲੂਣ ਦਾ ਅਸੀਂ ਇਹਦਾ 16-17 ਲੀਟਰ ਦੁੱਧ ਚੋਇਆ, ਠੀਕ ਹੈ ਜੀ। ਦੇਖੋ ਦਿਨ ਵੀ 20 ਦੇ ਲਗਭਗ ਰਹਿੰਦੇ ਨੇ, ਦੇਖੋ ਕੱਦ ਹਾਈਟ ਪੂਰੀ ਫੁੱਲਾ ਬੱਚੀ ਦੀ, ਛੋਟੀ ਨਹੀਂ ਹੈ, ਹੋ ਸਕਦਾ ਮੋਬਾਈਲ ਕਰਕੇ ਦੇਖਣ ਕੀ ਕਰ, ਅੱਡ ਅੱਡ ਮੋਬਾਈਲ ਦਾ ਫਰਕ ਪੈਂਦਾ। ਲਓ ਮੈਂ ਤੁਹਾਨੂੰ ਜੇ ਕੋਲ ਖੜਾ, ਦੇਖੋ ਹਾਈਟ ਦੇਖੋ ਮੇਰੀ ਬਰਾਬਰ ਹਾਈਟ ਦੀ, ਦੂਜੀ ਆ ਦੇਖੋ ਦੱਸੀ ਆ 30 ਸੂਏ ਆ, ਅਸੀਂ ਇਹਨੂੰ ਪਿਛਲੀ ਵਾਰ ਲੈ ਕੇ ਆਏ ਤੇ ਪਹਿਲੇ ਸੂਏ, ਚੱਲ ਵੀ ਇਹ 10 ਦਿਨ ਰਹਿੰਦੇ ਨੇ ਤਕਰੀਬਨ, ਇੱਕ ਵਜੇ ਤਾਂ ਜ਼ਰੂਰ ਆ, ਇੱਕ ਛੋਟਾ ਥਣ ਹੋਰ ਆ, ਅਸੀਂ ਜੀ ਨਾ ਇਹਨੇ ਦੁੱਧ ਲਾਇਆ, ਨਾ ਇੱਥੇ ਕੋਈ ਪਛ ਆਉਂਦਾ, ਨਾ ਅਸੀਂ ਚੋਇਆ, ਹੋਰ ਕੋਈ ਨਹੀਂ ਨੁਕਸਿਤ ਕੋਈ ਨਹੀਂ ਕਹਿ ਸਕਦੇ, ਇਹ ਅਮਰੀਕਨਾਂ ਦੇ ਇੰਪੋਰਟੈਂਟ ਸਿਮਣਾਂ ਦੇ ਵਿੱਚ ਇਹ ਹੋ ਹੀ ਜਾਂਦਾ। ਡੰਗਰ ਦੇਖੋ ਸਾਡੇ ਕੋਲ ਕਾਫੀ ਨੇ, ਕੀ ਕਰਨ ਵੀ ਡੰਗਰਾਂ ਕਰਕੇ, ਅਸੀਂ ਡੰਗਰਾਂ ਕਰਕੇ ਵੇਚ ਰਹੇ, ਦੇਖੋ ਇਹੋ ਜਿਹੀ ਗੱਲ ਕੋਈ ਨਹੀਂ, ਕਾਫੀ ਨੇ ਉਹ ਬੱਚੀਆਂ ਵੀ ਸੁਣ ਵਾਲੀਆਂ ਸਾਈ ਵਾਲ, ਠੀਕ ਹੈ ਨਾ, ਆ ਸਾਡੀ ਘਰ ਦੀ ਬੱਚੀ ਆ, ਦੇਖੋ ਇਹ ਦੂਏ ਸੂਏ ਆ, ਪਹਿਲੇ ਸੂਏ ਦਾ 15-16 ਲੀਟਰ ਦੁੱਧ ਅਸੀਂ ਖੁਦ ਚੋਇਆ, ਦੇਖੋ ਇਹ ਹੁੰਦਾ ਨਾ ਅਗਲੇ ਨੂੰ ਬਹੁਤ ਸਹੀ ਗੱਲ,
ਕਿਸੇ ਤਰ੍ਹਾਂ ਦੀ ਗੱਲ ਨਹੀਂ ਹੈਗੀ, ਐਨ ਪੂਰੀ ਸੀਲ ਦੇਖੋ, ਇਹਦਾ ਲਿਓਟੀ ਲਾਉਣੀ 20 ਦਿਨ ਪਏ ਨੇ, ਠੀਕ ਹੈ ਦੇਖੋ। ਚੱਲ ਵੀ ਘੁੰਮ ਦੇਖੋ, ਇਹਦਾ ਰਹਿੰਦਾ ਹਜੇ 10 ਕੁ ਦਿਨ ਰਹਿੰਦੇ, 10-12 ਦਿਨ। ਚੱਲ ਵੀ ਦੇਖ ਪੂਰੀ ਉਹ ਆ, ਇਹ ਤਕਰੀਬਨ ਸਾਡੇ ਕੋਲ 23-24 ਲੀਟਰ ਦੁੱਧ ਦਿੱਤਾ ਨੇ ਇਹ ਗਾਏ ਨੇ, ਪਿਛਲੇ ਦੂਏ ਸੂਏ ਦੀ ਪਿਛਲੀ ਵਾਰ 30 ਸੂਏ ਸੂ ਨਾ। ਨਬ ਏਰੀਆ ਸਾਡਾ ਨਬ ਆ, ਨਬ ਦੇ ਨੇੜੇ 2-3 ਕਿਲੋਮੀਟਰ ਪਿੰਡ ਨਾਲ। ਮੋਬਾਈਲ ਨੰਬਰ ਆ 94-647-75-110, 94-647-75-110, ਅਤੇ ਦੂਜਾ ਹੈਗਾ 78-77-68-72, 77-78-77-68-72, ਇੱਕ ਨੰਬਰ ਹੈਗਾ ਤੁਹਾਨੂੰ ਦੱਸਿਆ ਪਹਿਲਾਂ ਹੀ 94-647-75-110। ਲਓ ਬਾਈ ਜੇ ਕਿਸੇ ਨੇ ਹੋਵੇ ਕਿਸੇ ਨੂੰ ਦੱਸਿਓ, ਠੀਕ ਆ ਜੀ, ਜ਼ਰੂਰਤ 25 ਲੀਟਰ ਤੱਕ ਘੱਟੋ ਘੱਟ 25 ਲੀਟਰ ਦੁੱਧ ਲਾਹੂਗੇ ਬੈਡੀ ਘੱਟੋ ਘੱਟ, ਠੀਕ ਹੈ।